أعوذ بالله من الشيطان الرجيم بسم الله نجوى مالك الملك ودبره تدبيرا صلوا ایک اور صلوات ایک اور صلوات اشرف الانبیاء الرسول المصدد والمصطفى الامجد والمحمود الامام سيدنا ونبينا وشفيع ذنوبنا وطبيب قلوبنا وبالقاسم محمد الذي كان داعيا إلى الله بإذنه وسراج منيرا أما بعد فقد قال الله تعالى في محكم كتاب المجيد بسم الله الرحمن الرحيم يا أيها الذين آمنوا اتقوا الله وكونوا مع الصادقين کیوں چپ دیا مورا لگ گئی ہے ربائی پڑھ رہے ہیں مینو قرآن دی قسم کسے نے نہیں آکھیا مینو کہ ربائی پڑھیں اپنی مرضی نہ بیشتر جائیں تے متعدد بار بسم اللہ نہ کہ کیوں چپ دیا ہاں
ਆਪਣੇ ਅਜ਼ਾਦਾਰ ਬੈਠੇ ਹੋ, ਮਤਾਂ ਕੋਈ ਸਮਝੇ ਕੋਈ ਚੰਦ ਦੋਸਤ ਅਹਿਬਾਬ ਅਜ਼ਾਦਾਰ ਸੋਚਦੇ ਹੋਣ, ਪਤਾ ਨਹੀਂ ਰਤਨ ਸਾਕੂਆ ਦਾ ਪੇ ਕਿਉਂ ਚੁੱਪਦੀਆਂ ਮੋਹਰਾਂ ਲੱਗੀਆਂ ਨਾ, ਬੜਾ ਸੋਹਣਾ ਸੁਣਦੇ ਪਏ ਹੋ ਜਨਾਬ ਦਾ ਮਿਆਰ ਸਮਾਤ ਬੜਾ ਬੁਲੰਦ ਹੈ। ਕਿਸ ਟਾਈਮ ਦੀ ਗੱਲ ਕਰ ਰਿਹਾ, ਕੂਫੇ ਦਾ ਬਾਜ਼ਾਰ ਏ, ਇੱਕ ਦੁਕਾਨਦਾਰ ਏ, ਨਾਮ ਇਸਮ ਤਮਾਰ ਏ, ਖਜੂਰਾਂ ਦਾ ਵਪਾਰ ਏ, ਅਲੀ ਨਾਲ ਬੜਾ ਹੀ ਪਿਆਰ ਏ, ਛੋਟੀ ਜਿਹੀ ਦੁਕਾਨ ਖਜੂਰਾਂ ਦੀ, ਬੇਸ਼ਤਰ ਮੁਤੱਦਦ ਵਾਰ ਕਈ ਦਫਾ ਐਸਾ ਹੋਏ ਮੇਰੇ ਆਕਾ ਅਲੀ ਆਏ ਮੀਸਮ ਦੀ ਦੁਕਾਨ ਤੇ ਬਹਿ ਕੇ ਮੀਸਮ ਦੀਆਂ ਖਜੂਰਾਂ ਵੇਚਦੇ ਹਨ। ਲਜਪਾਲੀ ਤੋਂ ਸਦਕੇ ਮੁਹੱਲਾ ਇੱਕ, ਚਲੋ ਮੈਂ ਥੋੜ੍ਹਾ ਜਿਹਾ ਲਿੰਕ ਲਾ ਦੇਵਾਂ, ਆਗਾ ਜੀ ਮੁਹੱਲਾ ਇੱਕ ਨਾਸਾ ਚ ਗੁਜ਼ਰਦੇ ਪਏ ਕੌਣ ਜਨਾਬ ਮੀਸਮ ਤੇ ਆਕਾ ਅਲੀ, ਇੱਕ ਪੌਦਾ ਆਇਆ ਛੋਟਾ ਜਿਹਾ ਪੌਦਾ ਖਜੂਰ ਦਾ, ਅਲੀ ਫਰਮੈਂਦਨ ਮੀਸਮ ਜੀ ਮੌਲਾ, ਅਲੀ ਫਰਮੈਂਦਨ ਕੋਈ ਵਕਤ ਆਸੀ ਕੋਈ ਟਾਈਮ ਆਸੀ ਇਸ ਖਜੂਰ ਨਾਲ ਤੇ ਕੁਫਾ ਸਿੱਧੀ ਵੈਸੇ ਪੈਰਾਂ ਤੇ ਹੱਥ ਲਾ ਕੇ ਜਨਾਬ ਮੀਸਮ ਆਦਨ, ਮੌਲਾ ਮੇਰਾ ਕਸੂਰ ਮੇਰਾ ਜੁਰਮ ਫਰਮਾਇਆ ਸਾਡੀ ਮੁਹੱਬਤ, ਮਿੰਬਰ ਦੀ ਇੱਜ਼ਤ ਦੀ ਕਸਮ ਹੈ ਘਬਰਾਇਆ ਨਹੀਂ, ਘਰ ਗਿਆ ਏ ਵੱਡਾ ਬਰਤਨ ਤਲਾਸ਼ ਕੀਤਾ ਵੱਡਾ ਬਰਤਨ, ਕੰਮ ਕਿਹੜਾ ਕਰਿਆ ਫਜਰ ਦੀ ਨਮਾਜ਼ ਪੜਿਆ ਉਹ ਬਰਤਨ ਪਾਣੀ ਦਾ ਭਰ ਕੇ ਸਰ ਤੇ ਚਾ ਕੇ ਮੁਹੱਲਾ ਕਹਿੰਦਾ ਸਹਿ ਚਾ ਕੇ ਉਸ ਖਜੂਰ ਨੂੰ ਪਾਣੀ ਦੇ ਕੇ ਚੁੰਮ ਚੁੰਮ ਕੇ ਆਖਿਆ ਜਲਦੀ ਜਵਾਨ ਸੀ ਤੂੰ ਮੇਰੇ ਇਸ਼ਕ ਦੀ ਮੰਜ਼ਲ, ਉਹ ਟਾਈਮ ਆ ਗਿਆ ਉਹ ਵਕਤ ਆ ਗਿਆ ਹਾਕਿਮ ਦੇ ਸਾਹਮਣੇ ਪੇਸ਼, ਹਾਕਿਮ ਆਖਿਆ ਅਲੀ ਅਲੀ ਛੋੜ ਦੇ, ਮੁਸਕੁਰਾ ਕੇ ਆਦਨ ਉਹ ਕਮੀਨੇ ਦਿਆ ਬੱਚਿਆ ਮੈਨੂੰ ਆਦਿਆ ਕੁਰਾਨ ਪੜ੍ਹਨਾ ਛੋੜ ਦੇ, ਹੋ ਹੀ ਨਹੀਂ ਸਕਦਾ ਆਦ ਸਜ਼ਾ ਦੇ ਸਾਂ, ਦੇਖ ਵੇਖ ਲਓ ਕੋੜੇ ਲੱਗਦੇ ਨੇ। ਇੱਥਾਂ ਇੱਕ ਯਾਦ ਤਾਜ਼ਾ ਕਰ ਦੇਵਾਂ, ਸਾਡੇ ਅਦੀਬ ਜ਼ਾਕਿਰ ਬਾ ਅਮਲ ਜ਼ਾਕਿਰ ਕਿਬਲਾ ਮਲਕ ਅਲੀ ਜਾਫਰ ਚੁਣਿਆ, ਉਹ ਇੱਥਾਂ ਪੜ੍ਹਦੇ ਹੁੰਦੇ ਹਨ ਕਿ ਫਰਾਜ਼ੇਦਾਰ ਸੇ ਮੀਸਮ ਬਿਆਨ ਦੇਤੇ ਹੈ ਸੂਲੀ ਤੇ, ਫਰਾਜ਼ੇਦਾਰ ਪੇ ਮੀਸਮ ਬਿਆਨ ਦੇਤੇ ਹੈ, ਰਹੇਗਾ ਨਾਮੇ ਅਲੀ ਹਮ ਜ਼ੁਬਾਨ ਦੇਤੇ ਹੈ, ਕੋੜੇ ਲੱਗਦੇ ਪੈਣ ਗੋਸ਼ਤ ਉੜਦਾ ਪਿਆਏ ਹਾਏ ਵਾਏ ਨਹੀਂ ਕਰਦਾ ਬਸ ਇਹੋ ਆਦ ਅਲੀ ਹਾਕੇ, ਅਲੀ ਹਾਕੇ ਕੋੜੇ ਪੇ ਲੱਗਦੇ ਨੇ ਖੂਨ ਪਿਆ ਚੱਲਦਾ ਗੋਸ਼ਤ ਉੜਦਾ ਪਿਆ, ਅਲੀ ਹਾਕੇ ਇਹ ਆਪ ਤਖਤੋਂ ਉਤਰਿਆ ਜ਼ਾਲਿਮ, ਉਹ ਮੀਸਮ ਆਖਰ ਇਨਸਾਨ ਤਾਂ ਹੈ, ਫਿਤਰੀ ਗੱਲ ਇਨਸਾਨ ਨੂੰ ਗਰਮੀ ਹੋਵੇ ਗਰਮੀ ਲੱਗਦੀ ਹੈ, ਸਰਦੀ ਹੋਵੇ ਸਰਦੀ ਲੱਗਦੀ ਹੈ, ਕੋਈ ਦੁੱਖ ਤਕਲੀਫ ਹੋਵੇ ਬੰਦਾ ਹਾਏ ਵਾਏ ਕਰਦਾ, ਕੋੜੇ ਪੇ ਲੱਗਦੇ ਨੇ ਹਾਏ ਵਾਏ ਕਿਉਂ ਨਹੀਂ ਕਰਦਾ, ਖੂਨ ਪਿਆ ਚੱਲਦਾ ਗੋਸ਼ਤ ਪਿਆ ਉੜਦਾ ਹਾਏ ਵਾਏ ਨਹੀਂ ਕਰਦਾ, ਜਨਾਬੇ ਮੀਸਮ ਤਮਾਰ ਝਿਣਕ ਡੇ ਕੇ ਆਦਨੋ ਬੇਗੈਰਤ ਮੈਂ ਹਾਏ ਵਾਏ ਕਿਉਂ ਕਰਾਂ ਤੇਰੀ ਸਜ਼ਾ ਨਾਲੋਂ ਮੇਰੀ ਮੁਹੱਬਤ ਦਾ ਵਜ਼ਨ ਜ਼ਿਆਦਾ ਹੈ, ਤੁਹਾਡੀ ਜ਼ਿੰਦਗੀ ਹੋਵੇ ਜ਼ਮਨ ਚ ਆ ਗਈ ਗੱਲ ਮੈਂ ਕਰ ਦਿੱਤੀ, ਰੁਬਾਈ ਸੁਣਾਵਾਂ ਜਿਹਦੇ ਵਾਸਤੇ ਮੈਂ ਸ਼ੁਰੂ ਕੀਤਾ ਸਾਰਾ। ਇੱਕ ਦਿਨ ਆਕਾ ਅਲੀ ਅਲੈਹ ਸਲਾਮ ਮੀਸਮ ਕੋਲਾਂ ਮੀਸਮ ਜਾ ਫਿਰ ਟੋਰਾ, ਮੈਂ ਅਲੀ ਤੇਰੀਆਂ ਖਜੂਰਾਂ ਵੇਚਦਾ, ਟੁਰ ਗਿਆ ਮੀਸਮ ਅਲੀ ਬੈਠਣ ਮੀਸਮ, ਇੱਕ ਮੁਕਰੂ ਆ ਗਿਆ ਕੋੜਾ ਆ ਗਿਆ ਕੋੜਾ ਖੋਟਾ ਦਿਨਾਰ ਕੋਲ, ਕੋੜਿਆਂ ਕੋਲ ਹੁੰਦੇ ਹੀ ਖੋਟੇ ਨੇ, ਖੋਟਾ ਦਿਨਾਰ ਦੇ ਕਦੇ ਯਾ ਅਲੀ ਇਸ ਦਿਨਾਰ ਦੀਆਂ ਖਜੂਰਾਂ ਡੇ ਉੱਚ, ਅਲੀ ਦਿਨਾਰ ਦੇ ਪਾਸੇ ਵੇਖੇ ਨੇ ਰੱਖ ਚਾ ਦਿਨਾਰ ਖਜੂਰਾਂ ਲੈ ਜਾ, ਰੱਖ ਛੋੜਿਆ ਦਿਨਾਰ ਖਜੂਰਾਂ ਝੋਲੀ 'ਚ ਪਾ ਕੇ ਲਈ ਆਉਂਦਾ ਏ, ਰਸਤੇ 'ਚ ਸੋਚਦਾ ਆਉਂਦਾ ਏ ਸੁਚੇਦਾ ਆਉਂਦਾ ਵਾਹ ਯਾ ਅਲੀ ਸਲੂਨੀ ਸਲੂਨੀ ਦੇ ਬੜੇ ਦਾਅਵੇ ਕੀਤੇ ਨੀ ਅੱਜ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੋ ਮੈਂ ਖੋਟਾ ਦਿਨਾਰ ਦੇ ਕੇ ਖਜੂਰਾਂ ਲੈ, ਮਿੰਬਰ ਦੀ ਇੱਜ਼ਤ ਦੀ ਕਸਮ ਅੱਜ ਸੋਚਦਾ ਆਉਂਦਾ ਏ ਸੁਚੇਦਾ ਆਉਂਦਾ ਏ ਯਾ ਖਜੂਰਾਂ ਨੇ ਆਪਸ ਵਿੱਚ ਸਲਾਹ ਕੀਤੀ ਏ ਮੁਨਕਰੇ ਅਲੀ ਏ ਇਸ ਨੂੰ ਸਜ਼ਾ ਜ਼ਰੂਰ ਦੇਣੀ ਏ,
ਘਰ ਦੇ ਕਰੀਬ ਆਏ, ਬਿਲਕੁਲ ਦਰਵਾਜ਼ੇ ਦੇ ਸਾਹਮਣੇ ਆਪਣੇ ਘਰ ਦੇ। ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਘਰ 'ਚ ਚੀਜ਼ ਆਵੇ ਨਾ ਅਤੇ ਚੰਗੇ ਸੋਹਣੇ ਦਾਣੇ ਨੂੰ ਹੱਥ ਪਾਉਂਦਾ, ਉਸ ਮੋਟੇ ਤਾਜ਼ਾ ਦਾਣਾ ਚਾਹੇ ਇੱਕ ਚੰਗਾ ਮੂੰਹ 'ਚ ਰੱਖਿਆ, ਇਹ ਇੱਥੇ ਨਾ ਅੱਗੇ ਨਾ ਪਿੱਛੇ। ਰੰਗ ਪੀਲਾ ਜਿਸਮ 'ਚ ਲਰਜ਼ਾ, ਪਰੇਸ਼ਾਨ ਘਬਰਾਇਆ ਜਿਸਮ 'ਚ ਕੱਪ ਕੱਪੀ, ਮੁਸ਼ਕਲ ਕੁਸ਼ਾਈ ਵਾਸਤੇ ਘਰ ਦੇ ਅੰਦਰ ਦਾਖਲ ਹੋਏ। ਕਿਉਂਕਿ ਜਾਣਦਾ ਬੀਵੀ ਮੋਮਨ ਹੈ, ਜ਼ਾਲ ਮੋਮਨ ਹੈ। ਆਪਣੀ ਬੀਵੀ ਦੇ ਸਾਹਮਣੇ ਆਣ ਖਲੋ ਤਾਂ ਬੀਵੀ ਵੇਖਿਆ ਰੰਗ ਪੀਲਾ ਜਿਸਮ 'ਚ ਲਰਜ਼ਾ, ਪਰੇਸ਼ਾਨ ਘਬਰਾਇਆ ਹੋਏ। ਉੱਥੋਂ ਇਹ ਕਿਹਾ ਦੀ ਕੇ ਬਣਿਆ ਹੀ ਕੇ ਬਣਿਆ ਹੀ ਬੁਲੇਂਦਾ ਨਹੀਂ, ਇਸ਼ਾਰੇ ਕਰ ਰਿਹਾ ਹੈ। ਜਿਹੜੀ ਇਸਦੀ ਬੀਵੀ ਗੱਲ ਕੀਤੀ, ਕਿਉਂ ਚੱਪਦੀ ਕਰਨਗੀਆਂ ਬਦ ਬਖਤਾਂ ਦਾ ਸਰਦਾਰ। ਤੇ ਜਿਹੜਾ ਅਰਸ਼ ਤੇ ਫਰਸ਼ ਦੇ ਹਾਲ ਦੱਸੇ, ਉਹਦਾ ਤੈ ਕੀਤਾ ਇਨਕਾਰ, ਜਿਹੜਾ ਬੂਜ਼ ਅਲੀ ਦੇ ਨਾਲ ਰੱਖੇ ਉਹ ਲਾਨਤ ਦਾ। ਮੈਂ ਬਹੁਤ ਜ਼ਿਆਦਾ ਲੰਬਾ ਚੌੜਾ ਨਹੀਂ, ਕਸੀਦਾ ਇੱਕ ਨਵਾਂ ਲਿਖਿਆ, ਮੈਂ ਕਿਬਲਾ ਸਾਹਿਬ ਦੀ ਮਜਲਿਸ 'ਤੇ ਪੜ੍ਹਿਆ, ਉਹ ਮੈਂ ਜਨਾਬ ਨੂੰ ਇੱਕ ਦੋ ਸ਼ੇਰ ਸੁਣਾਵਾਂ। ਬਸ ਮੈਂ ਜਲਦੀ ਜਲਦੀ ਹੁਣ ਖਾਸ ਖਾਸ ਖਬਰਾਂ ਦਾ ਖੁਲਾਸਾ ਦੱਸਾਂ। ਦੌਲਤ ਜੋ ਮਿਲ ਗਿਆ ਕਾਫੀ ਹੈ, ਦੌਲਤ ਸਾਡੀ ਜ਼ਿੰਦਗੀ ਹੋਵੇ। ਮੈਂ ਬਿਸਮਿਲਾ ਕਰਾਂ, ਇਹ ਗੁਜ਼ਾਰਿਸ਼ ਹੈ, ਕੁਝ ਕਸੀਦੇ ਹੁੰਦੇ ਨੇ ਫੜ ਲਓ ਫੜ ਲਓ, ਹਾ ਪਾ, ਇਹ ਕੁਝ ਹੁੰਦੇ ਨੇ ਇਹ ਸਕੂਨ ਨਾਲ ਸੁਣਨ ਵਾਲੇ, ਇਹ ਇੱਕ ਇੱਕ ਲਫ਼ਜ਼ਾਂ 'ਤੇ ਨਿਆਜ਼ੇ ਮੌਲਾ ਤੁਹਾਨੂੰ। ਮੈਂ ਬਿਸਮਿਲਾ ਕਰਾਂ,
ਉਹ ਫੜ ਲਓ ਫੜ ਲਓ ਵਾਲੇ ਵੀ ਆਉਂਦੇ ਨੇ ਤੁਹਾਡੀ ਜ਼ਿੰਦਗੀ ਹੋਵੇ ਮੌਲਾ ਤੁਹਾਨੂੰ ਰੰਗ ਲਾਵੇ ਮੈਂ ਕਿਹਾ ਜ਼ਰ ਨਾ ਦੌਲਤ ਜੋ ਮਿਲ ਗਿਆ ਕਾਫੀ ਹੈ ਸਾਕੂ ਹੈਦਰ ਦੀ ਹਾਂ ਜ਼ਰ ਨਾ ਦੌਲਤ ਜੋ ਮਿਲ ਗਿਆ ਕਾਫੀ ਮੈਂਬਰ ਹੁਸੈਨ ਤੇ ਖੜ ਕੇ ਯਾਦਾਂ ਪੀਆਂ ਤੁਸਾਂ ਅਜ਼ਾਦਾਰਾਂ ਨੂੰ ਗਵਾਹ ਬਣਾ ਕੇ ਬਾਬਾ ਜੀ ਮੇਰੇ ਕੋਲੋਂ ਪੁੱਛੇ ਹਾਂ ਬਈ ਤੂੰ ਜੰਨਤ ਜਾਣਾ ਚਾਹੁੰਦਾ ਮੈਂ ਆਖਾਂ ਕੋਈ ਲੋੜ ਨਹੀਂ ਗੁਲਾਮ ਅਬਾਸ ਹਰ ਬੰਦਾ ਜੰਨਤ ਚਾਹੁੰਦਾ ਹੈ ਇਬਾਦਤਾਂ ਕਰਦੇ ਨਮਾਜ਼ਾਂ ਪੜ੍ਹਦੇ ਨੇ ਓਵਰ ਟਾਈਮ ਲਾਉਂਦੇ ਨੇ ਲਾਲਚ ਜੰਨਤ ਦਾ ਤੂੰ ਮੈਂਬਰ ਤੇ ਪਿਆ ਦੇ ਜੰਨਤ ਨਹੀਂ ਚਾਹੀਦੀ ਇਸ ਦੀ ਵਜ੍ਹਾ ਸ਼ੇਰ ਮੁਲਾਜ਼ਮ ਕਿਵੇਂ ਬਈ ਖੁਲਦੇ ਪਰੀ ਕੀ ਸ਼ਹਿ ਜ਼ਿਕਰ ਅਲੀ ਦੇ ਬਦਲੇ ਪਾਗਲ ਅਲੀ ਦੇ ਵੇਖੇ ਜਨਤਾ ਵਿੱਚ ਦੇ ਫਿਰਦੇ ਮੈਂ ਬਿਸਮਿਲਾ ਕਰਾਂ ਤੁਹਾਡੀ ਜ਼ਿੰਦਗੀ ਹੋਏ ਇਸ ਵਾਸਤੇ ਜੰਨਤ ਨਹੀਂ ਚਾਹੀਦੀ ਕਿਉਂ ਬਈ ਖੁਲਦੇ ਬਰੀ ਕੀ ਸ਼ਹਿ ਜ਼ਿਕਰ ਅਲੀ ਦੇ ਬਦਲੇ ਪਾਗਲ ਅਲੀ ਦੇ ਵੇਖੇ ਜਨਤਾ ਵਿੱਚ ਦੇ ਫਿਰਦੇ ਖੁਲਦੇ ਬਰੀ ਕੀ ਸ਼ਹਿ ਜ਼ਿਕਰ ਹੈਦਰ ਦਾ ਬਸ ਮਜ਼ਾ ਕਾਫੀ ਹੈ ਜ਼ਿਕਰ ਹੈਦਰ ਦਾ ਬਸ ਮਜ਼ਾ ਕਾਫੀ ਹੈ ਸਾਕੂ ਜੰਨਤ ਨਹੀਂ ਕਰ ਬਲਾ ਕਾਫੀ ਜਿਓ 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 ਜੀ ਬਿਲਕੁਲ ਯਾਦ ਹੈ ਮੌਲਾ ਤੁਹਾਨੂੰ ਰੰਗ ਲਾਵੇ ਜਿਸ ਸ਼ੇਰ ਵਾਸਤੇ ਮੈਂ ਕਸੀਦਾ ਸ਼ੁਰੂ ਕੀਤਾ ਹੈ ਕਿਬਲਾ ਜੀ ਨਿਆਜ਼ ਮੌਲਾ ਅਗਲਾ ਸ਼ੇਰ ਜਜ਼ੀਆ ਦਿਓ ਕੋਈ ਲੰਬੇ ਮੋਬਾਈਲਾਂ ਨਹੀਂ ਬਸ ਸ਼ੇਰ ਪੜ੍ਹਨਾ ਹੈ ਮਾਫ਼ੀ ਮੰਗੋ ਪਾਦਰੀ ਆਖਿਆ ਮਾਫ਼ੀ ਮੰਗੋ ਉਹ ਜਿਹੜੀ ਬੀਬੀ ਆਈ ਖਲੋਤੀ ਹੈ ਨਾ ਅਗਰ ਉਸ ਬਦਦੁਆ ਕਰ ਦਿੱਤੀ ਬਚਣੀ ਕਾਹੀ ਸ਼ੈ ਨਹੀਂ ਜਜ਼ੀਆ ਦਿਓ ਸਾਰੇ ਈਸਾਈ ਇਕੱਠੇ ਹੋ ਕੇ ਨਿਆਜ਼ ਮੌਲਾ ਜੋ ਕੁਝ ਮੇਰੀ ਸਮਝ ਚ ਆਇਆ ਮੈਂ ਸ਼ੇਰ ਸੁਣਾਉਣਾ ਚਾਹੁੰਦਾ ਕਿਵੇਂ ਬਈ ਇਸ ਗੱਲ ਦੀ ਮਾਫੀ ਮੰਗਦੇ ਈਸਾ ਦੇ ਸਭ ਈਸਾਈ ਮਰੀਅਮ ਦੀਆਂ ਮਰੀਅਮ ਦੀ ਆਜ਼ਾਦੀ ਜਿਹੜੀ
ਸਾਕੂ ਜ਼ਹਰਾ ਦੀ ਬਸ ਦੁਆ ਕਾਫੀ ਲੱਖ ਸ਼ੁਕਰ ਕਰਦਾ ਲਿਖਦਾ ਸ਼ਾਦ ਤਰਾਨੇ 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 ਕੋਈ ਫਿਕਰ ਨਹੀਂ ਸਮਝਦਾ ਬਾਣੀ ਰੱਖ ਕੇ ਸਰਾਣੇ ਤੁਹਾਡੀ ਜ਼ਿੰਦਗੀ ਹੋਵੇ ਮੌਲਾ ਤੁਹਾਨੂੰ ਰੰਗ ਲਾਵੇ ਲੱਖ ਸ਼ੁਕਰ ਕਰਦਾ ਲਿਖਦਾ ਸ਼ਾਹ ਦੇ ਤਰਾਨੇ ਕੋਈ ਫਿਕਰ ਨਹੀਂ ਸਮਝਦਾ ਬਾਹੀ ਰੱਖ ਕੇ ਸਰਾਣੇ ਜਿਹੜੇ ਬੰਦੇ ਆਦਮ ਸਾਰੀ ਜ਼ਿੰਦਗੀ ਮਜਲਿਸ ਜੀ ਬੈਠੇ ਤੇ ਦਾਦ ਨਹੀਂ ਦੇਣੀ ਰਤਨ ਕਾਬੂ ਹੋ ਕੇ ਬਾਣਾ ਨਹੀਂ ਇੱਕ ਸਲਵਾਤ ਪੜ ਲਓ ਸਈ ਆਜ਼ਾਦ ਤਸ਼ਰੀਫ ਲਾਂ ਤੇ ਮੈਂ ਸ਼ੇਰ ਪੜਾਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਮੇਰੇ ਪਾਸ ਡੇਕ ਸੋ ਮੈਂ ਇੰਤਜ਼ਾਰ ਕੀਤੀ ਹੈ ਮਤਲਬ ਬਾਦਸ਼ਾਹ ਤਸ਼ਰੀਫ ਲੈਣ ਮਾਸ਼ਰ ਦਾ ਮੈਦਾਨ ਬੜਾ ਔਖਾ ਮੈਦਾਨ ਟੋਲਿਆਂ ਦੇ ਟੋਲੇ ਟੋਲਾ ਸੀ ਰੋਕਿਆ ਹੋਇਆ ਸੀ ਠਹਿਰੋ ਅਮਾਲਨਾਮੇ ਚੈੱਕ ਕਰਾਓ ਕਿੱਧਰ ਮੂੰਹ ਚੁੱਕੀ ਆਉਂਦੇ ਹੋ ਇਹਨੂੰ ਹੱਕਾ ਲਾ ਸੀ ਖੱਬੇ ਹੱਥਾਂ ਚ ਅਕਸਰ ਨਮਾਜ਼ਾਂ ਪੜ੍ਹਦੇ ਰਹੇ ਹਾਂ ਰੋਜ਼ੇ ਰੱਖੇ ਹੋਣ ਸ਼ਬੀਨੇ ਕਰਾਮ ਜ਼ਕਾਤਾਂ ਦਿੱਤੀਆਂ ਹਜ ਕੀਤੇ ਵਗੈਰਾ ਵਗੈਰਾ ਹਰ ਸ਼ੈ ਪੂਰੀ ਹੈ ਕਿਉਂ ਰੋਕਿਆ ਜਾ ਰਿਹਾ ਸਾਡੇ ਅਮਾਲਾਂ 'ਤੇ ਨਜ਼ਰਸਾਨੀ ਕਰੋ ਨਾ ਅਮਲਾਂ ਦੇ ਢੇਰ ਲੱਗੇ ਹੋਣ ਐਸੀ ਕਿਹੜੀ ਮਿਸਟੇਕ ਹੋ ਗਈ ਹੈ ਹਰ ਸ਼ੈ ਪੂਰੀ ਹੈ ਫਰਿਸ਼ਤੇ ਅਕਸਰ ਨਿਆਜ਼ ਮੌਲਾ ਜਿਸ ਬੰਦੇ ਸਾਰੀ ਜ਼ਿੰਦਗੀ ਦਾਦ ਨਹੀਂ ਦਿੱਤੀ ਇਹ ਉਹ ਕਸੀਦਾ ਪੜ੍ਹਦਾ ਪਿਆ ਜਿਸ ਕਸੀਦੇ ਮੇਰੇ ਉਸਤਾਦਾਂ ਨੂੰ ਨਾਮਵਰ ਕੀਤਾ ਹੈ ਕਿਬਲਾ ਮੋਹਤਰਮ ਬੀ ਏ ਸਾਹਿਬ ਨੂੰ ਉਹ ਸ਼ੇਰ ਪੜ੍ਹਨਾ ਚਾਹੁੰਦਾ ਜ਼ਿਆਰਤ ਨਾ ਕਰ ਸਾਂ ਕੋਲ ਆ ਕੇ ਬੰਦੇ ਦੀ ਇਹ ਕਿਬਲਾ ਮੌਲਾਨਾ ਨਾਸਰ ਨੋਤਗੀ ਸਾਹਿਬ ਜੁਮਲਾ ਦੇ ਉਹਨਾਂ ਨੂੰ ਕਿ ਮੈਂ ਜ਼ਾਕਰੀ ਨਾ ਛੋੜ ਦੇ ਸਾਂ ਇਹੋ ਗੱਲ ਹੀ ਮੇਰੀ ਹੈ ਮੈਂ ਜ਼ਾਕਰੀ ਨਾ ਛੋੜ ਦੇ ਸਾਂ ਬੰਦਾ ਵੇਖਣਾ ਚੁੱਪ ਕਰਕੇ ਜਾਂਦਾ ਕਿਹੜਾ ਲੇਕਿਨ ਤਵੱਜੋ ਸ਼ਰਤ ਹੈ ਜਿਨ੍ਹਾਂ ਦੇ ਦਿਲਾਂ 'ਚ ਅਲੀ ਵੱਸਦਾ ਹੈ ਜਿਹੜਾ ਅਲੀ ਨੂੰ ਸੋਚਦਾ ਹੁੰਦਾ ਰਤਨ ਜ਼ਿੰਮੇਦਾਰ ਨਹੀਂ ਤਵੱਜੋ ਮੇਰੇ ਪਾਸੇ ਕਰਨੀ ਹੈ ਮੈਂ ਸਦਕੇ ਵੰਜਾਂ ਮਾਲਿਕ ਫਰਿਸ਼ਤੇ ਆਖਣ ਮਾਲਿਕ ਉਹ ਆਜਨ ਸਾਡੀ ਹਰ ਸ਼ੈ ਪੂਰੀ ਹੈ ਅਮਲਾਂ ਦੇ ਢੇਰ ਲੱਗੇ ਹੋਏ ਹਨ ਹਰ ਸ਼ੈ ਤਾਂ ਪੂਰੀ ਹੈ ਉਸ ਵੇਲੇ ਮਸਦਰ ਹਕੀਕੀ ਦੀ ਜਿਹੜੀ ਆਵਾਜ਼ ਅਸੀਂ ਕਿਵੇਂ ਬਈ ਬੇਸ਼ੱਕ ਅਮਲ ਇਹਨਾਂ ਦੇ ਹਿੰਨ ਚੰਗੇ ਅੱਧ ਭਾਰੇ ਬੇਸ਼ੱਕ ਅਮਲ ਇਹਨਾਂ ਦੇ ਹਿੰਨ ਚੰਗੇ ਅੱਧ ਭਾਰੇ ਕਿਧਰੇ ਨਾ ਨਹੀਂ ਅਲੀ ਦਾ ਤਾਈਓ ਕੱਟੇ ਗਏ ਨੇ ਸਾਰੇ ਬਿਸਮਿਲਾ ਕਰ ਮੈਂ ਬਿਸਮਿਲਾ ਕਰਾਂ ਨੌਕਰਾਂ ਜੀਓ ਜੀਓ ਪੁਰਾਣੇ ਮੁਜਰਮ ਹੈ ਸਰਕਾਰੀ ਸੋ ਪਹਿਲਾਂ ਚੱਲੋ ਥਾਣੇ
आखिरी हुक्म ज्यादा तो ज्यादा 3 मिनट या 4, इस तो ज्यादा नहीं, माफी मांग के हुक्म दी तामील च पढ़दा पे, काफी हुक्म इस वास्ते। सानू नाज है अपने बख्तां ते, सानू नाज है अपने बख्तां ते। बाबा जी असा नाज कर सकते हैं? हम सवाल पैदा होता कि नाज केड़ी शायद है, केड़ी गल है? सानू नाज है अपने बख्तां ते, असा है दर पीर बनाया है सानू, नाज है अपने बख्तां ते, असा है दर पीर बनाया है असा, खुल्द दे बज भी नहीं दे दे, असा खुल्द दे बज भी नहीं दे दे, असा खुल्द दे बज भी नहीं दे दे, हुब है दर ओ सर माया है, नाज है अपने बख्ता ते। भावें मैं कला पढ़ता पिया शेर, मैं ऐसा पढ़ना जमीन नाल वेल्ड होके बैठना है, जेडे शायरी नु समझदे रब्त नु समझदे शेर उन्हां बंदियां वास्ते पढ़ना है, खसूसन सादात ओ आम तो दुआवां हासिल करनियां चाहन, अदना जा मौला दा मदा खान होण दी हैसियत नाल, आजादारां दा नौकर होण दी हैसियत नाल, शायर नहीं शायरां दी पैर दी खाक होण दी हैसियत नाल। सवाल करन दा हक रखदा, मैं सवाल कीता, मैं कहा रब्बुल इज्जत अपने महबूब नू ढेर सारे अलकाब दे नाल याद कीता है, कितने मुदस्सर दे नाँ तो, कितने मुजम्मल दे नाँ तो, कितने ताहा आके, कितने काली कमली वाला आके, एडे सारे अलकाबा नाल याद कीते। मैं पूछ सकदा मालिक अली नू क्या दिता ही? आखिरी बंदे तक पूरी तवज्जो, अपने महबूब नू कितने काली कमली वाला आके, मुजम्मल दे नाँ तो, मुदस्सर दे नाँ तो, अली नू क्या दिता ही? आवाज कुदरत आई गुलाम अब्बास रतन कमला ना बाण मैं कोल रजावा नहीं रखिया, बिस्मिल्ला करा जियो, बिस्मिल्ला करा, ढेर सारे अलकाब नाल याद कीते, काली कमली वाला के मुजम्मल दे नात पुकारे, मुदस्सर दे नात ताहा के, अली नू क्या दिते, आवाज है कुदरत आई पागल ना बाण मैं कोल रजावा नहीं रखिया, रंग रूप ते असर भी दे छड़िया है, जड़ी सजदा गाए आलम दी ओ अपना घर भी दे छड़िया है, मैं रिश्ता मांग के जहरा दा महबूब दे घर पर लाया। जियो तुहाडी जिंदगी होगी, जियो बिस्मिल्लाह करा दारो, अगर माफी दो तो मैं अगले शेर वास्ते जरूर माफी मांगे, थोड़ी जिंदगी होवे क्योंकि मैं 4 मिनट का वादा किया, 2 मिनट पढ़ ले, 2 मिनट होर मेरे पास देखो। जंगे सफीन ते ओ जंगे जेडी जिंदे च मेरे मौला दे सारे पुत्र मौजूद है,
जंगे सफीन नहीं पढ़नी, शेर पढ़ना है। शेर पढ़ना मकसूद है। न्याज मौला मेरे पास देख सो, माफी मांगे, आ वेखो थोड़ी जिंदगी होवे, मौला थोड़ी जिंदगी करे, इमाम हुसैन तनु रंग लावे, नाराज नहीं होना। अली फरमेंदन आज मेरा पुत्र लड़ सी, जनाबे हसन अगे वदन, बाबा मैं, अली फरमेंदन नहीं, आका हुसैन, बाबा मैं, अली फरमेंदन नहीं, तुसा मोबाइल वाले दिन तो रसूल दे पुत्र, मैं आख्या मेरा पुत्र, बाबा कौन लड़े? आज मेरा दिल अब्बास लड़। मुख्तसर करा, अली ने अब्बास नू अली बनाए, केड़े सोने लफ्ज़ अली बनाए, अबा कबा अमामा नालैन, जो जंग दे औजार पाए ना, जिरा थोड़ी जी वड्डी आई, बुजुर्ग पढ़ते होंगे, जिरा थोड़ी जी वड्डी आई लोहे दी, जनाबे मालिक इस तरह के अब्बास, इस जिरा थोड़ी जी वड्डी नहीं, चाचा मालिक कितनी बड़ी है, इशारा की ए थोड़ी जी वड्डी है, उमर बनी इंदे बचड़े ने इवें दो उंगलां पा के लोहे दी जिरा इंज चीर के ना उठो जमीन ते सटिए, चाचा हुण पूरी है, अब्बास ये मौजा दाऊद नबी दा नहीं। उस वेले उमर बनी इंदा बचड़ा मुस्कुरा के आदन, चाचा मालिक मेरे पास से वेख, दाऊद नबी मेरे प्यो अली दा नाम लेके करदा, मैं आप अली हां, शेर सुनने आजे मौला, इो मेरा मुसाहिब है, इो मेरा फजाइल है, मैं छुड़ेंदा पिया आका अली दे कोल आएं, जनाबे मालिक इश्त अर्ज कीती, या अली बछड़े जीवनी अब्बास दा सिन छोटा है, जंगे सफीन, आका हसन नु भेजुआ, आका हुसैन नु भेजुआ, अगर उन्होंने नहीं भेज, मैं नौकर जो हाजिर हाँ, मैं मालिक आप वेंदा, मैनू इजाजत देवो, मैं मैदान च, अब्बास दा सिन छोटा है, अली फरमाने मालिक एक लम्हा इंतजार कर, अब्बास दे हमले तक इंतजार कर, बाद मेरे नाल गल करें, थोड़ी जी देर दे बाद नारे तौहीद बुलांदो, अल्लाह अकबर, अली दे शेर हमला कीता है, रौले पैगन, हर बंदा आ गई, अली मेरे पीछे, अली मेरे पीछे, अली मेरे पीछे, रौले पैगन, मैदान च हुल मच गई, दौड़न मालिक इश्तर, या अली, एडा वड्डा हमला अब्बास दा, रौले पैगन, अली दी अखी वस पईन, अली रो के आदन, ए माने मेरिया धिया दा, देर लगदी है, मैं बिस्मिल्लाह करा, मैं बिस्मिल्लाह करा, मालिक इश्तर आदन, या अली, रौले पाड़ ते नब्बास ने, अली दी अखी नहीं सावन दे बदलन, अली आदन, ए माने मेरिया धिया दा, नाले जोर कमर भिरा दा, इस आज लड़ना है बल नहीं लड़ना, ए मुसहफ सबर वफा दा, इंदी हसरत पूरी हो जावे, इंदी हसरत पूरी हो जावे, मैं ताय अब्बास लड़ाया है, कद को तल लबास दा, ओ नारा सुन के कुल बाल सादात दे बह गए, ओ कौनैन दिया शहजादियां दे सरों पे बस बुरके बुरके लह गए, बुरके लह गए। दबीरुद आकरीन अनिसुद आकरीन चैन चाय कसा।